सत श्री अकाल दोस्तों, सबब मीडिया के प्रोग्राम गुस्ताखी माफ दे विच एक बार फिर आप सारा का बहुत बहुत स्वागत। तो मैं अवतार नगरी हाँ। अज का जरा यह एपीसोड है, अज का जरा प्रोग्राम है, ये अज इलैक्शन नू लैके विधानसभा 2022 दीआं चोणां नू लैके थोड़ी चर्चा करन जा रहे हैं। तो हुण जिवें कि चोण जाबता पंजाब दे विच भी होर सूबियां दे विच भी चोण जाबता लग गया, तो 14 फरवरी नू जिहड़ियां वोटां पैणियां ने पंजाब विधानसभा दीआं, 14 फरवरी नू वोटां पैणियां, तो 10 मार्च नू इहदे नतीजे आउणे ने। तो समूह सियासी पार्टियां वल्लों ते टिकट दे दावेदारां वल्लों चोण सरगर्मियां आरंभ दित्तियां गईआं हन। तो बहुत थोड़ा समा रह गया वोटां पैण नू, ते जनवरी का जिहड़ा महीना अद्ध दे विच पहुंच चुका है। जेकर मैं हलका खरड़ की गल करा तो इत्थे भी जिहड़ा होर पंजाब मांग जिहड़ा मुकाबला फसमा होण जा रहा, पिछली बार दी नालों इस बार जिहड़े चोण मुकाबले होणगे उह थोड़े वक्खरे होणगे, वक्खरे इस करके क्योंकि अगे की हुंदा सीगा दो तीन रवायती पार्टियां ही चोणां लड़दियां सन, पर इस बार जिहड़ा किसान मोर्चा है, संयुक्त किसान मोर्चा जिहड़ा, उहदे वल्लों भी उम्मीदवार खड़ाए जाणे हन। पिछले दिन ही किसानां वल्लों जिहड़ा एक मोर्चा बनाया गया सी, ते पहलां लगदा सी कि किसान मोर्चा किसी सियासी पार्टी दे नाल गठजोड़ करेगा, पर दो कु दिन पहलां ही साफ हो गया कि किसान कल्ले चोणां लड़नगे। हुण जिथे कांग्रेस, आम आदमी पार्टी, अकाली दल वसवा ते बीजेपी, कैप्टन अमरिंदर सिंह दी पार्टी, पंजाब लोक कांग्रेस पार्टी ते सुखदेव सिंह ढींडसा दी अकाली दल संयुक्त पार्टी ते बीजेपी दा आपस दे विच गठजोड़ हो गया। तिन्हां दा जिहड़ा गठजोड़ है, कैप्टन अमरिंदर सिंह, सुखदेव सिंह ढींडसा ते बीजेपी दा जिहड़ा गठजोड़ है, उह की समीकरण दिखाउंदे ने पंजाब दे विच, उहनां दे समीकरण किस तरह दे होणगे जदों उह भी चोण मैदान दे विच होणगे। ਜਿਵੇਂ ਕਿ ਪਹਿਲਾਂ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਸਮਝੌਤਾ ਸੀ, ਉਹ ਕਿਸਾਨ ਮੋਰਚੇ ਦੇ ਵਿੱਚੋਂ ਗੱਠਜੋੜ ਟੁੱਟ ਗਿਆ ਸੀ, ਅਤੇ ਇਸ ਵਾਰ ਦਾ ਜਿਹੜਾ ਗੱਠਜੋੜ ਹੈ ਅਕਾਲੀ ਦਲ ਦਾ ਉਹ ਵਸਬਾ ਦੇ ਨਾਲ ਹੈ। 14 ਫਰਵਰੀ ਨੂੰ ਲੈ ਕੇ ਹਰ ਇੱਕ ਸਿਆਸੀ ਆਗੂ, ਹਰ ਇੱਕ ਸਿਆਸੀ ਪਾਰਟੀ ਪੱਬਾਂ ਭਾਰ ਹੋਈ ਫਿਰਦੀ ਹੈ। ਅਤੇ ਮੈਂ ਗੱਲ ਖਰੜ ਦੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਵਸਪਾ ਵੱਲੋਂ ਪਹਿਲਾਂ ਹੀ ਬਹੁਤ ਦੇਰ ਪਹਿਲਾਂ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਗਿਆ। ਕਾਂਗਰਸ ਵੱਲੋਂ ਹਜੇ ਉਮੀਦਵਾਰ ਐਲਾਨਣਾ ਬਾਕੀ ਹੈ, ਅਤੇ ਆਮ ਆਦਮੀ ਪਾਰਟੀ ਵੱਲੋਂ ਉੱਘੀ ਗਾਇਕਾ ਅਨਮੋਲ ਗਗਨ ਮਾਨ ਨੂੰ ਇੱਥੇ ਉਮੀਦਵਾਰ ਐਲਾਨਿਆ ਗਿਆ, ਜਦਕਿ ਹਜੇ ਕਿਸਾਨ ਮੋਰਚਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਾਂਝਾ ਜਿਹੜਾ ਮੋਰਚਾ ਉਹਨਾਂ ਦਾ, ਉਹਨਾਂ ਵੱਲੋਂ ਹਜੇ ਉਮੀਦਵਾਰ ਐਲਾਨਣਾ ਬਾਕੀ ਹੈ। ਅਤੇ ਜੇਕਰ ਮੈਂ ਪਿਛਲੇ 2017 ਦੀ ਗੱਲ ਕਰਾਂ ਤਾਂ ਉਸ ਸਮੇਂ 2017 ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਕਮਰ ਸੰਧੂ ਇੱਥੋਂ ਜਿੱਤੇ ਸਨ। ਉਸ ਸਮੇਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਝਾੜੂ ਦੀ ਆਪ ਵਾਲਿਆਂ ਦੀ ਇੱਕ ਹਵਾ ਸੀ ਜਿਸ ਨੇ ਇੱਕ ਚੰਗਾ ਮੋੜ ਦਿੱਤਾ ਸੀ ਅਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਵੀ ਹੋਈ ਸੀ। ਸਰਕਾਰ ਬਣਦਿਆਂ ਬਣਦਿਆਂ ਰਹਿ ਗਈ ਸੀ, ਉਹਦੇ ਕੀ ਕਾਰਨ ਸੀ ਉਹਦੇ ਬਾਰੇ ਫਿਰ ਗੱਲ ਕਰਾਂਗੇ। ਅਤੇ ਇੱਥੋਂ ਪਿਛਲੀ ਵਾਰ ਕਮਰ ਸੰਧੂ ਉਹ ਜਿਹੜੇ ਜਿੱਤੇ ਸਨ, ਉਸ ਵਾਰ ਵੀ ਰਣਜੀਤ ਸਿੰਘ ਗਿੱਲ ਅਤੇ ਜਗਮੋਹਨ ਸਿੰਘ ਕੰਗ ਮੈਦਾਨ ਦੇ ਵਿੱਚ ਸਨ। ਅਤੇ ਉਸ ਸਮੇਂ ਪਿਛਲੀ ਵਾਰ 2017 'ਚ ਕਮਲ ਸੰਧੂ ਨੂੰ ਟੋਟਲ 54,171 ਵੋਟ ਪਏ ਸਨ, 54,171 ਵੋਟ ਕਮਲ ਸੰਧੂ ਨੂੰ ਪਏ ਸਨ, ਜਦਕਿ ਜਗਮੋਹਨ ਸਿੰਘ ਕੰਗ ਜਿਹੜੇ ਕਾਂਗਰਸ ਪਾਰਟੀ ਦੇ ਕੈਬਨਿਟ, ਸਾਬਕਾ ਕੈਬਨਿਟ ਮੰਤਰੀ ਵੀ ਨੇ ਅਤੇ ਕਾਂਗਰਸ ਦੇ ਸੀਨੀਅਰ ਆਗੂ ਨੇ, ਉਹਨਾਂ ਨੂੰ ਉਸ ਸਮੇਂ 2017 ਦੇ ਵਿੱਚ 52,137 ਵੋਟ ਪਈ ਸੀ, 52,137 ਵੋਟ ਜਗਮੋਹਨ ਸਿੰਘ ਕੰਗ ਨੂੰ ਪਈ ਸੀ, ਜਦਕਿ ਰਣਜੀਤ ਸਿੰਘ ਗਿੱਲ ਜੋ ਕਿ ਬੀਜੇਪੀ ਅਤੇ ਅਕਾਲੀ ਦਲ ਦੇ ਉਮੀਦਵਾਰ ਸਨ, ਰਣਜੀਤ ਸਿੰਘ ਗਿੱਲ ਉਹਨਾਂ ਨੂੰ 46,807 ਵੋਟ ਪਈ ਸੀ, ਜਦਕਿ ਹਰਭਜਨ ਸਿੰਘ ਬਠੇੜੀ ਜੋ ਕਿ ਬਹੁਜਨ ਸਮਾਜ ਪਾਰਟੀ, ਉਹਨਾਂ ਨੂੰ 2,616 ਵੋਟ ਪਈ ਸੀ। ਅੱਜ ਖਾਸ ਗੱਲ ਦੇਖਣੀ ਇਹ ਹੋਵੇਗੀ ਕਿ ਇਸ ਵਾਰ ਜਿਹੜਾ ਬੀਜੇਪੀ ਦਾ ਜਿਹੜਾ ਗੱਠਜੋੜ ਅਕਾਲੀ ਦਲ ਨਾਲ ਨਹੀਂ ਹੈ, ਬਲਕਿ ਦੇਖਿਆ ਜਾਵੇ ਹਲਕੇ ਦੇ ਵਿੱਚ, ਹਲਕਾ ਖਰੜ ਦੇ ਵਿੱਚ ਵੱਡਾ ਜਿਹੜਾ ਵੋਟ ਬੈਂਕ ਬੀਜੇਪੀ ਦਾ ਵੀ ਹੈ, ਹਿੰਦੂ ਵੋਟ ਵੀ ਕਾਫੀ ਹੈ।
ਜੇਕਰ ਮੈਂ ਅੱਜ ਦੇ ਮੁਕਾਬਲੇ ਦੀ ਗੱਲ ਕਰਾਂ ਤਾਂ ਰਣਜੀਤ ਸਿੰਘ ਗਿੱਲ ਪ੍ਰਚਾਰ ਦੇ ਵਿੱਚ, ਹਲਕਾ ਖਰੜ ਦੇ ਵਿੱਚ ਪ੍ਰਚਾਰ ਦੇ ਵਿੱਚ ਸਭ ਤੋਂ ਮੋਹਰੀ ਨੇ। ਅਕਸਰ ਹੁੰਦਾ ਵੀ ਜਿਹੜੀ ਕਾਂਗਰਸ ਹੈ ਉਹਦੇ ਉਮੀਦਵਾਰ ਲੇਟ ਹੀ ਅਨਾਊਂਸ ਕਰਦੇ ਨੇ ਉਹ, ਤਾਂ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਕਾਂਗਰਸ ਹੈ ਸਿਆਣਪ ਵਰਤਦੀ ਵੀ ਕਿਤੇ ਕੋਈ ਬਗਾਵਤ ਨਾ ਕਰ ਦੇਵੇ, ਤਾਂ ਕਾਫੀ ਹੱਦ ਤੱਕ ਉਹ ਸੋਚ ਸਮਝ ਕੇ ਇੱਥੋਂ ਟਿਕਟਾਂ ਬਣਦੇ ਨੇ। ਤਾਂ ਰਣਜੀਤ ਸਿੰਘ ਗਿੱਲ ਅੱਜ ਸਭ ਤੋਂ ਅੱਗੇ ਨੇ ਚੋਣ ਪ੍ਰਚਾਰ ਦੇ ਵਿੱਚ, ਉਹਨਾਂ ਦੀ ਝੰਡੀ ਹੈ। ਅਤੇ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਗਗਨ ਅਨਮੋਲ ਮਾਨ ਹੈ, ਅਨਮੋਲ ਗਗਨ ਮਾਨ ਹੈ ਜਿਹੜੀ ਉਮੀਦਵਾਰ ਐਲਾਨੀ ਗਈ ਹੈ, ਪਰ ਉਹਦੇ 'ਤੇ ਜਿਹੜੇ ਵਲੰਟੀਅਰ ਨੇ ਇੱਥੇ ਆਮ ਆਦਮੀ ਪਾਰਟੀ ਦੇ, ਉਹ ਖੁੱਲ੍ਹ ਕੇ ਚੱਲਣ ਨੂੰ ਤਿਆਰ ਨਹੀਂ ਹਨ। ਕਿਉਂਕਿ ਪਿਛਲੀ ਵਾਰੀ ਵੀ ਇਸ ਤਰ੍ਹਾਂ ਹੀ ਰੌਲਾ ਪੈਂਦਾ ਸੀਗਾ ਕਿ ਪੈਰਾਸ਼ੂਟ ਦੇ ਰਾਹੀਂ ਕਮਲ ਸੰਧੂ ਨੂੰ ਇਸ ਹਲਕੇ ਦੇ ਵਿੱਚ ਉਤਾਰਿਆ ਗਿਆ, ਜਦਕਿ ਇੱਥੋਂ ਦੇ ਜਿਹੜੇ ਜੰਮਪਲ ਸੀਗੇ ਇਸ ਹਲਕੇ ਦੇ, ਜਿਹੜੇ ਗਰਾਊਂਡ ਲੈਵਲ ਦੇ ਜਿਹਨਾਂ ਨੇ ਕੰਮ ਕੀਤਾ, ਜੋ ਵਲੰਟੀਅਰ ਸਨ, ਉਹਨਾਂ ਨੂੰ ਟਿਕਟ ਲਈ ਮੰਗ ਉੱਠੀ ਸੀ। ਇਸ ਵਾਰ ਵੀ ਇਹੀ ਹੋਇਆ ਕਿ ਆਮ ਆਦਮੀ ਪਾਰਟੀ ਨੇ ਬਾਹਰੋਂ ਲਿਆ ਕੇ ਉਮੀਦਵਾਰ ਇੱਥੇ ਖੜ੍ਹਾ ਕਰ ਦਿੱਤਾ, ਜਦਕਿ ਇੱਥੇ ਦੇ ਜਿਹੜੇ ਲੋਕਲ ਵਰਕਰ ਨੇ, ਲੋਕਲ ਵਲੰਟੀਅਰ ਨੇ, ਆਗੂ ਨੇ ਉਹਨਾਂ ਦੇ, ਉਹ ਇੱਥੇ ਕਿਸੇ ਲੋਕਲ ਨੂੰ ਟਿਕਟ ਚਾਹੁੰਦੇ ਸੀ, ਜਿਵੇਂ ਕਿ ਨਰਿੰਦਰ ਸਿੰਘ ਸ਼ੇਰਗਿੱਲ ਦਾ ਵੱਡਾ ਨਾਮ ਸੀ, ਉਹ ਵੀ ਇੱਥੋਂ ਟਿਕਟ ਦੇ ਵੱਡੇ ਹੱਕਦਾਰ ਸਨ, ਪਰ ਇੱਕ ਗਾਇਕਾ ਨੂੰ ਇੱਥੇ ਬਾਹਰੀ ਹਲਕੇ ਤੋਂ ਲਿਆ ਕੇ ਇੱਥੇ ਟਿਕਟ ਦਿੱਤੀ ਗਈ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਪਿਛਲੀ ਵਾਰ ਦੀ ਤਰ੍ਹਾਂ ਮਾਨ ਕੋਈ ਮੱਕੜਾ ਮਾਰ ਸਕੂ, ਕਿਉਂਕਿ ਪਿਛਲੀ ਵਾਰ ਦੀ ਹਵਾ ਕੁਝ ਹੋਰ ਸੀ, ਇਸ ਵਾਰ ਦੀ ਹਵਾ ਕੁਝ ਹੋਰ ਹੈ। ਅਤੇ ਚਰਚਾ ਦੇ ਵਿੱਚ ਕਾਂਗਰਸ ਵੱਲੋਂ ਚਰਚਾ ਦੇ ਵਿੱਚ ਜਗਮੋਹਨ ਸਿੰਘ ਕੰਗ ਦਾ ਨਾਮ ਸਭ ਤੋਂ ਪਹਿਲਾਂ ਆ ਰਿਹਾ। ਅਤੇ ਜੇਕਰ ਜਗਮੋਹਨ ਸਿੰਘ ਕੰਗ ਨੂੰ ਟਿਕਟ ਨਹੀਂ ਮਿਲਦੀ ਤਾਂ ਉਹਨਾਂ ਦੇ ਮੁੰਡੇ ਦਾ ਵੀ ਦਲ ਲੱਗ ਸਕਦਾ, ਯਾਦਵਿੰਦਰ ਸਿੰਘ ਬੰਨੀ ਕੰਗ ਉਹਨਾਂ ਦੇ ਲੜਕੇ ਨੇ, ਜਿਹੜੇ ਬੇਟੇ ਨੇ ਉਹਨਾਂ ਦੇ, ਅਤੇ ਉਹਨਾਂ ਨੂੰ ਵੀ ਟਿਕਟ ਮਿਲਣ ਦੀ ਚਰਚਾ ਹੋ ਰਹੀ। ਉਸ ਤੋਂ ਵੱਡਾ ਨਾਮ ਜਿਹੜਾ ਕੰਗ ਤੋਂ ਬਾਅਦ ਜਿਹੜਾ ਵੱਡਾ ਨਾਮ ਆਉਂਦਾ, ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਨੇ ਵਿਜੇ ਟਿੰਕੂ ਸ਼ਰਮਾ, ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਹੈ। ਪਰ ਜੇਕਰ ਹੋਰ ਬੰਦਿਆਂ ਦੀ ਵੀ ਗੱਲ ਕਰੀਏ ਤਾਂ ਨਟਰਾਜਨ ਕੌਸ਼ਲ ਅਤੇ ਗੁਰਪ੍ਰਤਾਪ ਸਿੰਘ ਪਟਿਆਲਾ, ਉਹਨਾਂ ਨੂੰ ਵੀ ਚਰਚਾ, ਉਹ ਵੀ ਚਰਚਾ ਦੇ ਵਿੱਚ ਨੇ ਕਿ ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਹੈ। ਅਤੇ ਉਸ ਤੋਂ ਬਾਅਦ ਹੋਰ ਕਾਫੀ ਨਾਮ ਨੇ, ਇਹ ਦੇਖਣਾ ਇਹ ਹੋਵੇਗਾ। ਕਾਂਗਰਸ ਸਾਬਕਾ ਕੈਬਨਿਟ ਮੰਤਰੀ ਜੋ ਕਿ ਸੀਨੀਅਰ ਆਗੂ ਨੇ ਜਗਮੋਹਨ ਸਿੰਘ ਕੰਗ, ਉਹਨਾਂ ਨੂੰ ਟਿਕਟ ਜਾਂ ਉਹਨਾਂ ਦੇ ਪਰਿਵਾਰ ਨੂੰ ਟਿਕਟ ਦਿੰਦੀ ਹੈ, ਜਾਂ ਫਿਰ ਇਹਨਾਂ ਨਾਵਾਂ ਤੋਂ ਬਿਨਾਂ ਵੀ ਕੋਈ ਹੋਰ ਵੱਡਾ ਚਿਹਰਾ ਹਲਕੇ ਦੇ ਵਿੱਚ ਆ ਸਕਦਾ, ਇਹ ਦੇਖਣਾ ਹੋਵੇਗਾ। ਹਜੇ ਥੋੜ੍ਹੇ ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ, ਪਤਾ ਲੱਗ ਜਾਏਗਾ ਕਿ ਕਾਂਗਰਸ ਵੱਲੋਂ ਕਿਹੜਾ ਉਮੀਦਵਾਰ ਹਲਕੇ ਦੇ ਵਿੱਚ ਲਿਆਂਦਾ ਜਾਂਦਾ। ਅਤੇ ਆਜ਼ਾਦ ਪੱਖੋਂ ਜਿਹੜਾ ਕਪਿਲ ਸ਼ਰਮਾ, ਜਿਹੜੇ ਉੱਘੇ ਸਮਾਜ ਸੇਵੀ ਨੇ ਮੁੱਲਾਂਪੁਰ ਤੋਂ, ਉਹ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਲਈ ਉਹਨਾਂ ਦਾ ਐਲਾਨ ਕੀਤਾ, ਉਹ ਚੋਣ ਮੈਦਾਨ ਦੇ ਵਿੱਚ ਕੁੱਦਣਗੇ। ਅਤੇ ਉਹਨਾਂ ਨੇ ਪਿਛਲੇ ਦਿਨਾਂ ਤੋਂ ਸਰਗਰਮੀਆਂ ਵੀ ਸ਼ੁਰੂ ਕੀਤੀਆਂ ਨੇ। ਵੱਡਾ ਨਾਮ ਹੈ ਹਲਕੇ ਦੇ ਵਿੱਚ ਸਮਾਜ ਸੇਵਾ ਦੇ ਤੌਰ 'ਤੇ ਕਪਿਲ ਦੇਵ ਸ਼ਰਮਾ ਦਾ। ਅਤੇ ਉਹਦੇ ਨਾਲ ਹੀ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੇ ਖਵਾਜਾ ਬੂਟਾ ਖਾਨ ਚਹੜ ਮਾਜਰੇ ਤੋਂ, ਉਹ ਵੀ ਅਪਲਾਈ ਕੀਤਾ ਉਹਨਾਂ ਨੇ ਕਾਂਗਰਸ ਦੇ ਲਈ ਕਿ ਮੈਨੂੰ ਵੀ ਟਿਕਟ ਦਿੱਤੀ ਜਾਵੇ। ਤਾਂ ਉਹਨਾਂ ਦਾ ਇਹ ਵੀ ਦਾਅਵਾ, ਜੇਕਰ ਕਾਂਗਰਸ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਆਜ਼ਾਦ ਤੌਰ 'ਤੇ ਚੋਣ ਲੜਨਗੇ। ਅਤੇ ਗੁਰਪ੍ਰਤਾਪ ਸਿੰਘ ਪਟਿਆਲਾ ਦਾ ਵੀ ਇਲਾਕੇ ਦੇ ਵਿੱਚ ਵੱਡਾ ਨਾਮ ਹੈ, ਰਾਜਵੀਰ ਸਿੰਘ ਪਟਿਆਲਾ, ਅਤੇ ਉਹਨਾਂ ਦੇ ਸਾਰੇ ਜਿਹੜੇ ਪਰਿਵਾਰ ਦੇ ਤੌਰ 'ਤੇ ਉਹਨਾਂ ਦਾ ਪਰਿਵਾਰਕ ਜਿਹੜਾ ਰਸੂਖ ਹੈ ਇਲਾਕੇ ਦੇ ਵਿੱਚ ਬਹੁਤ ਵਧੀਆ ਹੈ। ਬੀਬੀ ਦਲਜੀਤ ਕੌਰ ਪਟਿਆਲਾ ਜੋ ਕਿ MLA ਸਨ, ਅਤੇ ਉਹਨਾਂ ਦੇ ਨਾਨਾ ਜੀ ਵੀ MLA ਸਨ, ਅਤੇ ਉਹਨਾਂ ਦਾ ਵੀ ਇੱਕ ਲੱਗਦਾ ਵੀ ਟਿਕਟ ਉਹਨਾਂ ਨੂੰ ਵੀ ਮਿਲ ਸਕਦੀ, ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਗੁਰਪ੍ਰਤਾਪ ਸਿੰਘ ਪਟਿਆਲਾ ਦੇ ਚੰਗੇ ਰਿਲੇਸ਼ਨ ਨੇ। ਤਾਂ ਹੋਰ ਵੀ ਕਈ ਨਾਮ ਨੇ ਜਿਹੜੇ ਕਾਂਗਰਸ ਵੱਲੋਂ ਹੱਥ ਫੜਨਾ ਚਾਹੁੰਦੇ ਨੇ। ਤਾਂ ਆਮ ਆਦਮੀ ਦੀ ਤਾਂ ਤੁਹਾਨੂੰ ਦੱਸੇ ਦਿੱਤਾ ਕਿ ਕਿਵੇਂ ਮਾਨ ਦਾ, ਬਲਕਿ ਬਹੁਜਨ ਸਮਾਜ ਪਾਰਟੀ ਵੱਲੋਂ ਅਲੱਗ ਉਮੀਦਵਾਰ ਨਹੀਂ ਐਲਾਨਿਆ ਜਾਣਾ, ਅਤੇ ਹਜੇ ਅਕਾਲੀ ਦਲ ਮਾਨ ਦਾ ਵੀ ਉਮੀਦਵਾਰ ਐਲਾਨਣਾ ਬਾਕੀ ਹੈ। ਅਤੇ ਖਾਸ ਗੱਲ ਇਹ ਵੀ ਹੋਵੇਗੀ ਕਿ BJP ਕੈਪਟਨ ਅਤੇ ਢਿੰਡਸੇ ਦੇ ਜਿਹੜਾ ਇਕੱਠੇ ਉਹਨਾਂ ਦਾ ਗੱਠਜੋੜ ਹੋਇਆ, ਉਹਨਾਂ ਵੱਲੋਂ ਵੀ ਉਮੀਦਵਾਰ ਕਿਹੜਾ ਐਲਾਨਿਆ ਜਾਂਦਾ, ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ। ਪਰ ਇਹ ਵੀ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਕਿ ਜੇਕਰ ਕਾਂਗਰਸ ਵੱਲੋਂ ਕੋਈ ਨਾਰਾਜ਼ ਜਿਹੜੇ ਹੁੰਦੇ ਨੇ, ਜੇਕਰ ਕਾਂਗਰਸ ਵੱਲੋਂ ਸਾਰਿਆਂ ਨੂੰ ਟਿਕਟ ਦੇਣਾ ਕੋਈ ਸੰਭਵ ਤਾਂ ਹੁੰਦਾ ਨਹੀਂ ਹੈਗਾ, ਕਿਉਂਕਿ ਹਰ ਇੱਕ ਹਲਕੇ 'ਚੋਂ ਅੱਡ ਅੱਡ ਦਸ ਦਸ ਦਾਅਵੇਦਾਰ ਨੇ, ਹਰ ਇੱਕ ਬੰਦਾ ਇੱਕ ਮਾਫ਼ ਕਰਨਾ ਗੁਸਤਾਖੀ ਮਾਫ਼ ਦੇ ਰਾਹੀਂ, ਮੈਂ ਇੱਕ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਕਈ ਤਾਂ ਅਜਿਹੇ ਵੀ ਨੇ ਜਿਹੜੇ ਵਿਧਾਨ ਸਭਾ ਦੀਆਂ ਟਿਕਟਾਂ ਭਾਲਦੇ ਨੇ, ਪਿੰਡਾਂ ਦੇ ਵਿੱਚ ਪੰਚ ਸਰਪੰਚ ਵੀ ਨਹੀਂ ਜਿੱਤੇ ਹੁੰਦੇ, ਜਾਂ ਸ਼ਹਿਰਾਂ ਦੇ ਵਿੱਚ MC ਤੱਕ ਵੀ ਨਹੀਂ ਜਿੱਤੇ ਹੁੰਦੇ, ਉਹ ਵੀ ਵਿਧਾਨ ਸਭਾ ਦੀਆਂ ਟਿਕਟਾਂ ਭਾਲਦੇ ਨੇ। ਚਾਹੀਦਾ ਤਾਂ ਇਹ ਹੈ ਕਿ ਸਮਾਜ ਸੇਵਾ ਦੇ ਤੌਰ 'ਤੇ ਰਸੂਖ ਆਪਣਾ ਹੋਣਾ ਚਾਹੀਦਾ, ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕਿਸੇ ਵੱਡੇ ਲੀਡਰ ਦੇ ਨਾਲ ਫੋਟੋਆਂ ਖਿਚਾ ਕੇ ਤੁਸੀਂ ਟਿਕਟਾਂ ਮੰਗਣ ਲੱਗ ਜਾਓ, ਲੋਕਾਂ ਦੇ ਵਿੱਚ ਜਾਣਾ ਜ਼ਰੂਰੀ ਹੈ। ਜੇਕਰ ਮੈਂ ਰਣਜੀਤ ਸਿੰਘ ਗਿੱਲ ਦੀ ਗੱਲ ਕਰਾਂ ਤਾਂ ਬੇਸ਼ੱਕ ਉਹ ਪਿਛਲੀ ਵਾਰ ਚੋਣ ਹਾਰ ਗਏ ਸੀ, ਪਰ 5 ਸਾਲ ਉਹਨਾਂ ਹਲਕੇ ਦੇ ਵਿੱਚ ਵਿਚਰਿਆ ਹੈ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ। ਜਗਮੋਹਨ ਸਿੰਘ ਕੰਗ ਦਾ ਵੀ ਇਹੀ ਰਿਹਾ, ਬੇਸ਼ੱਕ ਉਹ ਹਾਰ ਗਏ ਸੀ ਪਰ ਉਹ ਹਲਕਾ ਨਹੀਂ ਛੱਡਿਆ, ਹਲਕੇ ਦੇ ਵਿੱਚ ਉਹ ਜਾਂਦੇ ਰਹੇ ਨੇ।
ਪਰ ਹੁਣ ਅਸੀਂ ਦੇਖਿਆ ਵੀ ਇਲੈਕਸ਼ਨ ਦੇ ਟਾਈਮ ਦੇ ਵਿੱਚ, ਇਲੈਕਸ਼ਨ ਦੇ ਸੀਜ਼ਨ ਦੇ ਵਿੱਚ ਬਹੁਤ ਨੇਤਾ, ਬਹੁਤ ਲੀਡਰ ਚਿੱਟੇ ਕੁਰਤੇ ਪਜਾਮੇ ਪਾ ਕੇ ਪਿੰਡਾਂ ਦੇ ਵਿੱਚ ਖੁਦ ਸੇਵਾਦਾਰ ਕਹਾਉਂਦੇ ਨੇ। ਖੈਰ, ਕਈਆਂ ਨੂੰ ਗੱਲ ਬੁਰੀ ਲੱਗੇਗੀ, ਗੁਸਤਾਖੀ ਮਾਫ਼। ਅਤੇ ਜਲਦੀ ਹੀ ਹੋਰ ਜਿਹੜੀ ਕੋਈ ਨਵੀਂ ਗੱਲਬਾਤ ਹੋਵੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇੱਕ ਇਹ ਵੀ ਦੇਖਣਾ ਹੋਵੇਗਾ ਵੀ ਪਿਛਲੀ ਵਾਰ ਦੀ ਜੇਕਰ ਰਣਜੀਤ ਸਿੰਘ ਨੂੰ, ਗਿੱਲ ਨੂੰ ਜਿਹੜੀ ਵੱਡੀ ਵੋਟ ਜਿਹੜੀ ਪਈ ਸੀ ਉਹ ਬੀਜੇਪੀ ਦੀ ਵੀ ਵੋਟ ਸੀ। ਪਰ ਹੁਣ ਕੀ ਹੈ ਵੀ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਹਲਕੇ ਦੇ ਵਿੱਚ ਕੋਈ ਵੱਡਾ ਆਧਾਰ ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 2600 ਵੋਟ ਸਿਰਫ ਪਿਛਲੀ ਵਾਰ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਪਈ ਸੀ, ਕੋਈ ਵੱਡਾ ਵੋਟ ਬੈਂਕ ਹੈ ਨਹੀਂ। ਤਾਂ ਬੇਸ਼ੱਕ ਜੇਕਰ ਅਸੀਂ ਲੋਕਾਂ ਦੀ, ਦਲਿਤ ਲੋਕਾਂ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਝੁਕਾਅ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੇ ਨੇ, ਕਾਂਗਰਸ ਦੇ ਨਾਲ ਵੀ ਜੁੜੇ ਨੇ ਅਤੇ ਅਕਾਲੀ ਦਲ ਦੇ ਨਾਲ ਵੀ ਜੁੜੇ ਨੇ। ਅਤੇ ਇੱਕ ਮੈਂ ਇਹ ਵੀ ਦੱਸਣੀ ਚਾਹੁੰਦਾ ਵੀ ਜਿਹੜਾ ਹਲਕਾ ਖਰੜ ਹਲਕਾ ਹੈ ਇਹ ਕੋਈ ਜ਼ਰੂਰੀ ਨਹੀਂ ਹੈ, ਇਹ ਕੋਈ ਨਾ ਤਾਂ ਕੱਟੜ ਕਾਂਗਰਸੀ ਹੈ ਨਾ ਕੱਟੜ ਅਕਾਲੀ ਹੈ। ਤਾਂ ਇੱਥੋਂ ਜੇਕਰ ਪਿਛੋਕੜ ਦੀ ਗੱਲ ਕਰੀਏ ਉਦੋਂ ਹਲਕਾ ਮਰੰਡਾ ਪੈਂਦਾ ਸੀ, ਉਹਦਾ ਕਾਫੀ ਏਰੀਆ ਜਿਹੜਾ ਖਰੜ ਹਲਕਾ ਵੀ ਸੀ ਉਹਦੇ ਵਿੱਚ। ਉਦੋਂ ਅਕਾਲੀ ਦਲ ਦੇ ਰਵਿੰਦਰ ਸਿੰਘ ਦੁਮਣਾ ਕਈ ਵਾਰ ਇੱਥੋਂ MLA ਜਿੱਤੇ ਨੇ, ਬਾਅਦ ਦੇ ਵਿੱਚ ਉਹ ਅਲੱਗ ਹੋ ਗਏ ਸੀ ਅਕਾਲੀ ਦਲ ਦੇ ਨਾਲ। ਅਤੇ ਉਸ ਤੋਂ ਬਾਅਦ ਜਗਮੋਹਨ ਸਿੰਘ ਕੰਗ ਇੱਥੇ ਬਹੁਤ ਵਾਰੀ ਜਿੱਤੇ ਨੇ, ਉਸ ਦੇ ਨਾਲ ਹੀ ਅਕਾਲੀ ਦਲ ਦੇ ਜਥੇਦਾਰ ਉਜਾਗਰ ਸਿੰਘ ਬਡਾਲੀ ਵੀ ਇੱਥੋਂ ਵਿਧਾਇਕ ਬਣੇ ਨੇ। ਅਤੇ ਪਿਛਲੀ ਵਾਰ ਤੁਹਾਨੂੰ ਦੱਸਿਆ ਵੀ ਕਮਰ ਸੰਧੂ ਇੱਥੋਂ ਵਿਧਾਇਕ ਬਣੇ ਨੇ। ਅਤੇ ਅਫਸੋਸ ਦੀ ਗੱਲ ਹੈ ਵੀ ਕਮਰ ਸੰਧੂ ਬੇਸ਼ ਇੱਕ ਤਾਂ ਉਹਨਾਂ ਦੀ ਸਰਕਾਰ ਨਹੀਂ ਬਣੀ ਅਤੇ ਦੂਜਾ ਕਮਰ ਸੰਧੂ ਨੇ ਜਿਹੜੇ ਹਲਕੇ ਦੇ ਵਿੱਚ ਵਿਧਾਇਕ ਦੇ ਤੌਰ 'ਤੇ ਵੀ ਆਪਣੇ ਫਰਜ਼ ਨਹੀਂ ਨਿਭਾਏ। ਅਤੇ ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲੋਂ ਆਮ ਆਦਮੀ ਪਾਰਟੀ ਦੇ MLA ਬਣੇ ਨੇ, ਬਾਅਦ 'ਚ ਕੋਈ ਮਨ ਮੁਟਾਵ ਹੋ ਗਿਆ ਕੀ ਹੋ ਗਿਆ ਅਲੱਗ ਤੌਰ 'ਤੇ ਉਹਨਾਂ ਨੇ ਕੋਈ ਅਲੱਗ ਵਿੱਚ ਨਿਕਲ ਗਏ, ਉਹ ਮੁੜ ਕੇ ਉਹਨਾਂ ਨੇ ਕੋਈ ਹਲਕੇ ਦੀ ਸਾਥ ਨਹੀਂ ਲਈ। ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਲੋਕ ਉਹਨੂੰ ਜ਼ਿਆਦਾ ਤਵੱਜੋ ਦੇਣਗੇ। ਮੈਨੂੰ ਨਹੀਂ ਲੱਗਦਾ ਵੀ ਪਿਛਲੀ ਵਾਰ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਜਿਹੜੀ ਕੋਈ ਉਮੀਦਵਾਰ ਹੈ ਇੱਥੋਂ ਕੋਈ ਚੰਗਾ ਵੋਟ ਬੈਂਕ ਇਕੱਤਰ ਕਰ ਸਕੂ। ਅਤੇ ਅੱਜ ਦੇ ਲਈ ਇੰਨਾ ਹੀ, ਦੇਖਣਾ ਹੋਵੇਗਾ ਜਲਦੀ ਹੀ। ਹਾਂ, ਇੱਕ ਮੈਂ ਦੱਸਣਾ ਚਾਹੁੰਦਾ ਵੀ ਕਿਸਾਨ ਮੋਰਚੇ ਵੱਲੋਂ ਹਲਕਾ ਖਰੜ ਤੋਂ ਦੋ ਵੱਡੇ ਨਾਮ ਜਿਹੜੇ ਸਾਹਮਣੇ ਆ ਰਹੇ ਨੇ, ਇੱਕ ਤਾਂ ਸੁਖਦੇਵ ਸਿੰਘ ਸੁੱਖਾ ਕੰਸਾਲਾ ਜੋ ਜੱਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਅਤੇ ਕਿਸਾਨ ਮੋਰਚੇ ਦੇ ਵਿੱਚ ਵੱਡਾ ਉਹਨਾਂ ਦਾ ਵੱਡਾ ਨਾਮ ਰਿਹਾ, ਵੱਡੀ ਉਹਨਾਂ ਦੀ ਭੂਮਿਕਾ ਰਹੀ, ਸਰਗਰਮੀਆਂ ਉਹ ਕਰਦੇ ਰਹੇ ਨੇ, ਉਹਨਾਂ ਦਾ ਨਾਮ ਵੀ ਹਲਕਾ ਖਰੜ ਤੋਂ ਆ ਰਿਹਾ ਕਿ ਕਿਸਾਨ ਮੋਰਚੇ ਵੱਲੋਂ ਸ਼ਾਇਦ ਉਹ ਉਮੀਦਵਾਰ ਹੋ ਸਕਦੇ ਨੇ। ਉਹਦੇ ਨਾਲ ਹੀ ਪਰਮਦੀਪ ਸਿੰਘ ਬੈਦਵਾਨ ਜੋ ਕਿ ਦਿੱਲੀ ਲਗਾਤਾਰ 1.25 ਸਾਲ ਉੱਥੇ ਪਰਿਵਾਰ ਦੇ ਨਾਲ ਉਹ ਬੈਠੇ ਰਹੇ ਨੇ, ਛੋਟੇ ਬੱਚੇ ਨਾਲ ਵੀ ਉਹ ਉੱਥੇ ਦਿੱਲੀ ਆਪਣੇ ਪਰਿਵਾਰ ਦੇ ਨਾਲ ਬੈਠੇ ਰਹੇ ਨੇ, ਉਹਨਾਂ ਦੀ ਵੀ ਇੱਕ ਤਰ੍ਹਾਂ ਚਰਚਾ ਛੱਡ ਰਹੀ ਹੈ ਕਿ ਕਿਸਾਨ ਮੋਰਚੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾਵੇ। ਹੋਰ ਕਿਹੜੀ ਪਾਰਟੀ ਦਾ ਹਜੇ ਉਮੀਦਵਾਰ ਕਿਵੇਂ ਐਲਾਨਦੇ ਨੇ ਇਹ ਜਲਦੀ ਦੇਖਾਂਗੇ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਹਜੇ ਉਮੀਦਵਾਰ ਐਲਾਨਣਾ ਬਾਕੀ ਹੈ ਅਤੇ ਆਜ਼ਾਦ ਉਮੀਦਵਾਰ ਵੀ ਹੋਰ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ। ਅੱਜ ਦੇ ਲਈ ਇੰਨੇ ਹੀ, ਗੁਸਤਾਖੀ ਮਾਫ਼, ਸ਼ੁਕਰੀਆ।